ਨਹੀਂ ਖਾਲਸੇ ਨਾਲ ਅੜ ਕੇ ਦਿਨ ਕੱਟ ਲੈ ਤੂੜੀ ਆ ਜਾਂਦੇ ਵੜ ਕੇ 96 ਕਰੋੜ ਖਾਲਸਾ ਆਊਗਾ ਚੜ ਕੇ ਲੰਡੇ ਗੁੱਚੇ ਨੂੰ ਲੈ ਤੂੰ ਫੜ ਕੇ ਜਿਹੜਾ ਆਊਗਾ ਚੜ ਕੇ ਜਾਊਗਾ Kordamaz da ol ben derin derya derin derya. ਜਿੱਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ ਜਿੱਤੇ ਅਸਤਰ ਪੇਯੰ ਨਮਸਕਾਰ ਤੇਯੰ ਜਿੱਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ ਜਿੱਤੇ ਅਸਤਰ ਪੇਯੰ ਨਮਸਕਾਰ ਤੇਯੰ ਚਿੱਤਰ ਚੱਕ ਖੜ ਜਾਈਏ ਬੈਰੀ ਹੋ ਜੇ ਬੱਗਾ ਬਲੀਏ ਜੱਟ ਫਰਦਾ ਸੁਭਾ ਚੱਕੀ ਕੱਬਾ ਬਲੀ ਜਿਨ੍ਹਾਂ ਦੇ ਸਤਰੀ ਮਸਤਕ ਦੇ ਉੱਤੇ ਤਿਲਕ ਹੈ ਉਹ ਇੱਕ ਪ੍ਰਭੂ ਨੂੰ ਜਾਣਦੇ ਹਨ ਭਾਵੇਂ ਆਪਾਂ ਕਹਿ ਦਿੰਦੇ ਹਾਂ ਜੀ ਇਹ ਤਿਲਕ ਬਾਹਮਣ ਲਾਉਂਦੇ ਅਸੀਂ ਕਿਉਂ ਲਾਈਏ ਸੋ ਖਾਲਸਾ ਜੀ ਇਹ ਤਿਲਕ ਲੱਗ ਗਿਆ ਤਾਂ ਕੋਈ ਉਹ ਜ਼ਹਿਰ ਤਾਂ ਨੀ ਸੁਗੰਧੀ ਹੋਈ ਹੈ ਕੀ ਇਹਦੇ ਚ ਫਰਕ ਪੈ ਗਿਆ ਸਤਸੰਗੀ ਕੀ ਉਪਦੇਸ਼ ਵਿਚ ਫਰਕ ਪੈ ਗਿਆ ਗਰੀਬ ਫੌਜ ਆ ਰਾਜੇ ਮਹਾਰਾਜੇ ਵੀ ਹੈ ਰਾਜੇ ਜੋਗੀ ਵੀ ਹੈ ਤੇ ਹਠੀ ਤਵੀ ਯੋਧੇ ਹੈ ਸੂਰਮੇ ਆ ਇਹਨਾਂ ਦਾ ਸਾਰਿਆਂ ਨੂੰ ਗੂਗਲ ਦੀ ਤਰ੍ਹਾਂ ਸਰਚ ਨਾ ਕਰ ਆਪਣੇ ਬਜ਼ੁਰਗਾਂ ਤੋਂ ਪੁੱਛ ਅਸੀਂ ਕੌਣ ਗੁਰੂ ਅੱਗੇ ਹੋਵੇ ਜਿਨ ਸੀਸ ਟੇਕਿਆ ਉਹਨਾਂ ਨੂੰ ਚੁਕਾਉਂਦੇ ਕੋਈ ਰਿਮਾਂਡ ਨੀ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ ਚੁੰਨੀਆਂ ਦੇ ਕਦੇ ਕੋਈ ਬ੍ਰਾਂਡ ਨੀ ਹੁੰਦੇ ਸਤਿ
ਜੀ ਔਰ ਖਾਲਸੇ ਦੇ ਘਰ ਵਿੱਚ ਸ਼ਸਤਰ ਪੂਜਾ ਹੈ। ਦਸ ਦਿਨ ਜਿੱਥੇ ਸ਼ਬਦ ਦਾ ਪੂਜਨ ਹੈ ਉੱਥੇ ਸ਼ਸਤਰ ਦਾ ਵੀ ਪੂਜਨ ਹੈ। ਜਿੰਨੇ ਸ਼ਸਤਰ ਨੇ ਸਾਡੇ ਨਾਲ ਤਾਂ ਵਿਚਾਰੇ ਮਿਸਤਰੀ ਚੰਗੇ ਨੇ, ਟਿੱਕਾ ਭਾਈ ਦੂਜੇ ਜਿੰਨੇ ਔਜ਼ਾਰਾਂ ਤੋਂ ਕੰਮ ਲੈਂਦੇ ਨਾ ਸਾਰਾ ਸਾਲ, ਉਸ ਦਿਨ ਉਹਨਾਂ ਨੂੰ ਹੱਥ ਨਾ ਲਾ ਕੇ ਉਹ ਇਕੱਠੇ ਕਰਕੇ ਸਾਰਿਆਂ ਦਾ ਪੂਜਨ ਕਰਦੇ ਨੇ ਕਿ ਤੁਹਾਨੂੰ ਤੁਸੀਂ ਤੁਹਾਡੇ ਆਸਰੇ ਸਾਡੀ ਰੋਜੀ ਹੈ। ਸੋ ਸੂਰਮਾ ਸਾਹਿਬ ਸੰਗੀ ਸ਼ਸਤਰ ਦਾ ਪੂਜਨ ਕਰਦਾ ਹੈ ਪ੍ਰੇਮੀਓ। ਜਿੱਥੇ ਸ਼ਸਤਰ ਨਾਮ ਨਮਸਕਾਰ ਕਾਮ, ਜਿੱਥੇ ਯਾਤਰ ਭੇਜਣ ਨਮਸਕਾਰ ਦੇਣ, ਖਾਲਸੇ ਨੂੰ ਮਾਰਿਆ ਸ਼ਸਤਰਧਾਰੀ ਬਣਾਇਆ ਜਿਵੇਂ ਪਾਤਸ਼ਾਹ ਤੋਂ ਲੈ ਕਰਕੇ, ਉੱਥੇ ਸਾਹਿਬ ਸੰਗੀ ਸ਼ਸਤਰਾਂ ਦਾ ਵੀ ਪੂਜਨ ਹੈ। ਕੰਨਾਂ ਤੇ ਟੰਗੀ ਤੁਰੇ ਜਾਂਦੇ ਹਾਂ ਅਸੀਂ, ਪਾਉਂਟੇ ਸਾਹਿਬ ਦੀ ਨਵਾਂ ਸਥਾਨ ਬਣਿਆ, ਕੰਨਾਂ ਤੇ ਚੱਕ ਕੇ ਟੰਗ ਦਿੱਤੇ ਸਾਹਿਬ ਸੰਗੀ ਸ਼ਸਤਰ, ਕੰਨੂ ਪਤਾ ਨੀ ਇੱਥੇ ਭਾਵੇਂ ਅੱਜ ਕੱਲ ਸ਼ਰਾਬ ਨੂੰ ਤਾਂ ਦੁਨੀਆ ਨਹੀਂ ਨਿੰਦੀ, ਸੁੱਖੇ ਨੂੰ ਨਿੰਦਣ ਵਾਸਤੇ ਲੱਕ ਬੰਨ ਲੈਂਦੀ ਹੈ। ਜਿਹੜੀ ਮਰਜ਼ਾਦਾ ਹੈ ਅੱਗੇ ਸੰਤਾਂ ਦੀ ਘਰਾਂ ਦੇ ਵਿੱਚ ਸਰਦਾਈਆਂ ਰਗੜਦੇ ਹੁੰਦੇ, ਅੱਜ ਤਾਂ ਡੋਲੀ ਨੀ ਕੰਮ ਕਰਦੇ ਅੱਜ ਕੱਲ੍ਹ ਤਾਂ। ਹੋ ਇੱਥੇ ਮਾਣ ਵਾਲੀ ਦੱਸ ਕਿਹੜੀ ਚੀਜ਼ ਹੈ, ਤੂੰ ਨੀਵਾਂ ਹੋ ਕੇ ਚੱਲ ਸੋਹਣਿਆ, ਦੱਸ ਜਾਂਦਾ ਹੋਇਆ ਤੂੰ ਕੀ ਦੇ ਕੇ ਜਾਵੇਂਗਾ ਪਸ਼ੂ ਤਾਂ ਦਿਨ। ਕਿਸੇ ਕਿਸੇ ਤੋਂ ਕੱਚ ਚੁਗਾਉਣਾ, ਕਿਸੇ ਤੋਂ ਮੋਤੀ ਦਾਣੇ ਵੇ, ਵਾਵਾ ਰਬਜ਼ ਫਕੀਰਾ ਤੇਰੀ ਤੇਰੀਆਂ ਤੂੰ ਹੀ ਓ ਜਾਣੇ, ਵਾਵਾ ਰਬ ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ, ਉੱਠ ਗਏ ਤਾਂ ਖਿਆਲਾਂ ਦੇ ਅੰਬਰ ਪੜ ਜਾਣਗੇ। ਔਰ ਖਾਲਸੇ ਦੇ ਘਰ ਵਿੱਚ ਸ਼ਸਤਰ ਪੂਜਾ ਹੈ। ਦਸ ਦਿਨ ਜਿੱਥੇ ਸ਼ਬਦ ਦਾ ਪੂਜਨ ਹੈ ਉੱਥੇ ਸ਼ਸਤਰ ਦਾ ਵੀ ਪੂਜਨ ਹੈ। ਜਿੰਨੇ ਸ਼ਸਤਰ ਨੇ ਸਾਡੇ ਨਾਲ ਤਾਂ ਵਿਚਾਰੇ ਮਿਸਤਰੀ ਚੰਗੇ ਨੇ, ਟਿੱਕਾ ਭਾਈ ਦੂਜੇ ਜਿੰਨੇ ਔਜ਼ਾਰਾਂ ਤੋਂ ਕੰਮ ਲੈਂਦੇ ਨਾ ਸਾਰਾ ਸਾਲ, ਉਸ ਦਿਨ ਉਹਨਾਂ ਨੂੰ ਹੱਥ ਨਾ ਲਾ ਕੇ ਉਹ ਇਕੱਠੇ ਕਰਕੇ ਸਾਰਿਆਂ ਦਾ ਪੂਜਨ ਕਰਦੇ ਨੇ ਕਿ ਤੁਹਾਨੂੰ ਤੁਸੀਂ ਤੁਹਾਡੇ ਆਸਰੇ ਸਾਡੀ ਰੋਜੀ ਹੈ। ਸੋ ਸੂਰਮਾ ਸਾਹਿਬ ਸੰਗੀ ਸ਼ਸਤਰ ਦਾ ਪੂਜਨ ਕਰਦਾ ਹੈ ਪ੍ਰੇਮੀਓ। ਜਿੱਥੇ ਸ਼ਸਤਰ ਨਾਮ ਨਮਸਕਾਰ ਕਾਮ, ਜਿੱਥੇ ਯਾਤਰ ਭੇਜਣ ਨਮਸਕਾਰ ਦੇਣ, ਖਾਲਸੇ ਨੂੰ ਮਾਰਿਆ ਸ਼ਸਤਰਧਾਰੀ ਬਣਾਇਆ ਜਿਵੇਂ ਪਾਤਸ਼ਾਹ ਤੋਂ ਲੈ ਕਰਕੇ, ਉੱਥੇ ਸਾਹਿਬ ਸੰਗੀ ਸ਼ਸਤਰਾਂ ਦਾ ਵੀ ਪੂਜਨ ਹੈ। ਕੰਨਾਂ ਤੇ ਟੰਗੀ ਤੁਰੇ ਜਾਂਦੇ ਹਾਂ ਅਸੀਂ, ਪਾਉਂਟੇ ਸਾਹਿਬ ਦੀ ਨਵਾਂ ਸਥਾਨ ਬਣਿਆ, ਕੰਨਾਂ ਤੇ ਚੱਕ ਕੇ ਟੰਗ ਦਿੱਤੇ ਸਾਹਿਬ ਸੰਗੀ ਸ਼ਸਤਰ, ਕੰਨੂ ਪਤਾ ਨੀ ਜਿਨ੍ਹਾਂ ਦੇ ਸਾਹਿਬ ਸੰਗੀ ਮਸਤਕ ਦੇ ਉੱਤੇ ਤਿਲਕ ਹੈ ਉਹ ਇੱਕ ਪ੍ਰਭੂ ਨੂੰ ਜਾਣਦੇ ਹਨ। ਭਾਵੇਂ ਆਪਾਂ ਕਹਿ ਦਿੰਦੇ ਹਾਂ ਜੀ ਇਹ ਤਿਲਕ ਬਾਹਮਣ ਲਾਉਂਦੇ ਅਸੀਂ ਕਿਉਂ ਲਾਈਏ, ਸੋ ਖਾਲਸਾ ਜੀ ਇਹ ਤਿਲਕ ਲੱਗ ਗਿਆ ਤਾਂ ਕੋਈ ਉਹ ਜ਼ਹਿਰ ਤਾਂ ਨੀ ਸੁਗੰਧੀ ਹੋਈ ਹੈ, ਕੀ ਇਹਦੇ ਚ